ਹਾਂਜੀ ਦੋਸਤੋ ਮੈਂ ਤਰਸੇਮ ਸਿੰਘ ਮਠਾੜੂ ਦੇ ਨਾਲ ਪੰਜਾਬ نیوز ਚੈਨਲ ਦੀਆਂ ਅੱਜ ਦੁਪਹਿਰ ਦੀਆਂ ਖਬਰਾਂ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ ਇਸੇ ਨਾਲ ਹੀ ਗੱਲਬਾਤ ਕਰਾਂਗੇ ਭਾਰਤ ਅਤੇ ਪੰਜਾਬ ਸੂਬੇ ਦੀਆਂ ਅੱਜ ਦੀਆਂ ਦੁਪਹਿਰ ਦੀਆਂ ਵੱਡੀਆਂ ਖਬਰਾਂ ਦੀ ਖਬਰਾਂ ਨੂੰ ਸ਼ੁਰੂ ਕਰਦੇ ਬਹਿ ਇੱਕ ਵਾਰੀ ਨਜ਼ਰ ਮਾਰਦੇ ਹਾਂ ਝੋਣਵੀਆਂ ਖਬਰਾਂ ਤੇ ਪਹਿਲੀ ਝੋਣਵੀਂ ਖਬਰ ਹੈ ਜੀ ਕਿ ਕਿਸਾਨ ਹੁਣ ਸੱਚਮੁੱਚ ਦਿੱਲੀ ਫਤਿਹ ਕਰਦਾ ਨਜ਼ਰ ਆ ਰਿਹਾ ਹੈ ਕਿਸਾਨ ਆंदोलਨ ਹੋਇਆ ਹੋਰ ਤੇਜ਼ ਅੱਜ ਦਿੱਲੀ ਕੋਚ ਕਰਨਗੇ ਮਵਾਦ ਦੇ ਕਿਸਾਨ ਚਿੱਲਾ ਬਾਰਡਰ ਵੀ ਬੰਦ ਮੋਦੀ ਦੇ ਮੰਤਰੀ ਨੂੰ ਅੰਦੋਲਨ 'ਚ ਨਜ਼ਰ ਨਹੀਂ ਆ ਰਹੀ ਕਿਸਾਨ ਕਿਹਾ ਇਹ ਕੋਈ ਹੋਰ ਲੋਕ ਨੇ ਮੌਸਮ 'ਚ ਪਾਕ ਵੱਲੋਂ ਚੱਕਰਵਾਤ ਬੁਰੇ ਵੀ ਦਾ ਐਲਾਨ 4 ਦਸੰਬਰ ਨੂੰ ਨੇ 4 ਸੂਬਿਆਂ 'ਚ ਮਚਾ ਸਕਦਾ ਹੈ ਤਬਾਹੀ ਮੋਦੀ ਦੇ ਕੈਪਟਨ ਦੀ ਯੋਜਨਾ ਹੋਈ ਫੇਲ ਕਿਸਾਨ ਅੰਦੋਲਨ ਰਿਹਾ ਜਾਰੀ ਆਪ ਨੇ ਦੱਸੀ ਸਚਾਈ ਪੰਜਾਬੀ ਗਾਇਕ ਐਮੀ ਵਿਰਕ ਨੇ ਕੰਗਣਾ ਰਣੌਤ ਨੂੰ ਲੈ ਕੇ ਕਹੀ ਇਹ ਵੱਡੀ ਗੱਲ ਕੈਪਟਨ ਨੇ ਅੱਜ ਬੁਲਾਈ ਕੈਬਨਟ ਮੀਟਿੰਗ ਇਨਾਂ ਫੈਸਲਾ ਤੇ ਲੱਗੇਗੀ ਮੋਹਰ ਮੋਦੀ ਸਰਕਾਰ ਕਿਸਾਨਾਂ ਨਾਲ ਮਿੱਥੇ ਸਮੇਂ ਤੋਂ ਪਹਿਲਾਂ ਗੱਲ ਕਰਨ ਲਈ ਕਿਉਂ ਹੋਈ ਤਿਆਰ ਕਿਸਾਨਾਂ ਤਾਂ ਨੇ ਸ਼ਹੀਨ ਬਾਗ ਨਾਲ ਜੋੜ ਕੇ ਮਰਕਸੂਤੀ ਫੱਸੀ ਕੰਗਨਾ ਹੁਣ ਸਰਗੁਣ ਮੈਤਾ ਨੇ ਲਿਆ ਲੰਬੇ ਹੱਥੀ ਇਸ ਦਿਨ ਲੱਗੇਗਾ ਸਾਲ ਦਾ ਆਖਰੀ ਸੂਰਜ ਗ੍ਰਹਿਣ ਜਾਣੋ ਇਹ ਨੇ ਜ਼ਰੂਰੀ ਗੱਲਾਂ ਕਿਸਾਨਾਂ ਦੇ ਸਮਰਥਨ ਵਿੱਚ ਆਏ ਵਿਦਿਆਰਥੀ ਪੋਸਟਰ ਬੈਨਰ ਲੈ ਕੇ ਪੁੱਜੇ ਸਿੰਘੂ ਬਾਰਡਰ ਕਿਸਾਨ ਆंदोलਨ ਨੇ ਬਧਾਈ ਚੋਟਾਲਿਆਂ ਦੀ ਕਬਰਾਂ ਹਟ ਤਾ ਦੋਸਤੋ ਇਸsingia ਆਪਣੀਆਂ ਸਮੇਂ ਦੀਆਂ ਚੌਣਵੀਆਂ ਖਬਰਾਂ ਤੇ ਹੁਣ ਗੱਲਬਾਤ ਕਰਦੇ ਹਾਂ ਜੀ ਪਹਿਲੇ ਵੱਡੀ ਖਬਰ ਦੀ ਕਿਰਪਾ ਕਰਕੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਨਾਲ ਜਿਨ੍ਹਾਂ ਦੋਸਤਾਂ ਰਹਿ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਇਸ ਨਾਲ ਹੀ ਪਹਿਲੀ ਖਬਰ ਹੈ ਕਿ ਕਿਸਾਨ ਹੁਣ ਸੱਚਮੁੱਚ ਦਿੱਲੀ ਫਤਿਹ ਕਰਦਾ ਨਜ਼ਰ ਆ ਰਿਹਾ ਹੈ ਜੀ ਹਾਂ ਦੋਸਤੋ 25 ਤਰੀਕ ਤੋਂ ਪਹਿਲਾਂ ਕੇਂਦਰ ਦੇ ਕਿਸਾਨ ਮਾਰੂ ਕਾਨੂੰਨਾ ਵਿਰੋਧ ਸੰਘਰਸ਼ ਨੂੰ ਸਿਰਫ ਪੰਜਾਬ ਦੇ ਕਿਸਾਨਾਂ ਦਾ ਸੰਘਰਸ਼ ਹੀ ਆਖਿਆ ਜਾ ਰਿਹਾ ਸੀ ਪਹਿਲਾਂ ਇਹ ਹੀ ਸੁਣਿਆ ਜਾ ਰਿਹਾ ਸੀ ਕਿ ਇਹਨਾਂ ਕਾਲੇ ਕਾਨੂੰਨਾ ਵਿਰੋਧ ਸਿਰਫ ਪੰਜਾਬ ਦੇ ਕਿਸਾਨ ਹੀ ਅੰਦੋਲਨ ਕਰ ਰਹੇ ਨੇ ਨਤੇ ਇਹਨਾਂ ਨੂੰ ਅਜੇਹਾ ਕਰਲੇ ਸਿਆਸੀ ਪਾਰਟੀਆਂ ਵੱਲੋਂ ਉਕਸਾਇਆ ਜਾ ਰਿਹਾ ਹੈ ਭਾਰਤ ਦਾ ਮੀਡੀਆ ਕਿਸਾਨਾਂ ਦੇ ਪੱਖ ਵਿੱਚ ਜਾ ਕਹਿ ਲਵੋ ਕਿ ਪੰਜਾਬ ਦੇ ਕਿਸਾਨਾਂ ਦੇ ਪੱਖ ਨੂੰ ਸੁਣਨ ਸੁਣਾਉਣ ਲਈ ਤਿਆਰ ਹੀ ਨਹੀਂ ਸੀ ਪੰਜਾਬ ਦੇ ਕਿਸਾਨ ਜਦੋਂ ਰੇਲ ਰੋਕੋ ਅੰਦੋਲਨ ਵਿੱਚ ਪਟਣੀਆਂ ਦੇ ਬੈਠੇ ਤਾਂ ਪੰਜਾਬ ਦਾ ਅੰਦਾਜ਼ਨ 40000 ਕਰੋੜ ਰੁਪਏ ਦਾ ਨੁਕਸਾਨ ਹੋਇਆ ਪਰ ਕੇਂਦਰ ਨੇ ਓਫਰ ਤੱਕ ਨਾ ਕੀਤੀ ਸਗੋਂ ਜੇਕਰ ਉਹਨਾਂ ਦਾ ਵਾਸ ਚੱਲਦਾ ਤਾਂ ਉਹ ਅਜੇ ਹੋਰ ਸਮਾਂ ਪੰਜਾਬ ਵਿੱਚ ਅਜਿਹੀ ਸਥਿਤੀ ਬਣਾਈ ਰੱਖਦੀ ਅਤੇ ਪੰਜਾਬ ਸਰਕਾਰ ਨੂੰ ناکਾਮ ਦੱਸ ਕੇ ਇੱਥੇ ਗਵਰਨਰ ਰੀ ਰਾਜ ਲਗਾ ਦੇਣ ਲਈ ਬਹਾਨਾ ਲੱਭ ਲੈਂਦੀ ਪਰ ਜਦੋਂ ਹੁਣ ਕਿਸਾਨ ਦਿੱਲੀ ਵਿੱਚ ਪਹੁੰਚ ਗਏ ਨੇ ਤੇ ਉੱਥੇ ਜਾ ਕੇ ਉਹਨਾਂ ਨੇ ਸੰਘਰਸ਼ ਹੋਰ ਤੇਜ਼ ਕਰ ਦਿੱਤਾ ਹੈ ਤਾਂ ਹੁਣ ਕਿਸਾਨ ਜਿਹੜੇ ਦਿੱਲੀ ਫਤਿਹ ਕਰਦੇ ਨਜ਼ਰ ਆਉਣ ਲੱਗੇ ਨੇ ਕਿਸਾਨ ਆंदोलਨ ਹੋਇਆ ਹੋਰ ਤੇਜ਼ ਅੱਜ ਦਿੱਲੀ ਕੂਚ ਕਰਨਗੇ ਮੇਵਾਤ ਦੇ ਕਿਸਾਨ ਚਿੱਲਾ ਬਾਰਡਰ ਵੀ ਬੰਦ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੋਧ ਕਿਸਾਨਾਂ ਦਾ ਅੰਦੋਲਨ ਅੱਜ 7ਵੇਂ ਦਿਨ ਵੀ ਜਾਰੀ ਹੈ ਇੱਕ ਪਾਸੇ ਜਿੱਥੇ ਪੰਜਾਬ ਦੀ ਖੇੜ ਜਗਤ ਦੇ ਮਸ਼ਹੂਰ ਸਿਤਾਰੇ ਕਿਸਾਨਾਂ ਦੇ ਸਮਰਥਨ ਵਿੱਚ ਆ ਗਏ ਨੇ ਉੱਤੇ ਹੀ ਦੂਜੇ ਪਾਸੇ ਪੰਜਾਬ ਤੇ ਹਰਿਆਣਾ ਤੋਂ ਵਧੇਰੇ ਕਿਸਾਨ ਦਿੱਲੀ ਵੱਲ ਆਉਣ ਦੀ ਤਿਆਰੀ ਵਿੱਚ ਨੇ ਇਸ ਤੋਂ ਇਲਾਵਾ ਅੱਜ ਮੇਵਾਤ ਦੇ ਕਿਸਾਨ ਵੀ ਦਿੱਲੀ ਵਿੱਚ ਅੰਦੋਲਨ ਕਰਨ ਜਾ ਰਹੇ ਨੇ ਕੱਲ ਜ਼ਿਲ੍ਹੇ ਵਿੱਚੋਂ ਬਾਹਰ ਨਿਕਲੇ ਇਨ੍ਹਾਂ ਕਿਸਾਨਾਂ ਵਿੱਚੋਂ 30 ਦੇ ਕਰੀਬ ਕਿਸਾਨਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸੀ ਪੁਲਿਸ ਨੇ ਇਹਨਾਂ ਕਿਸਾਨਾਂ ਨੂੰ ਗੁਰੂਗਰਾਮ ਵਿੱਚ ਰੋਕ ਲਿਆ ਤੇ ਸਾਵਧਾਨੀ ਦੇ ਤੌਰ ਤੇ ਪੁਲਿਸ ਵੱਲੋਂ ਦਿੱਲੀ ਨਵਾਈਦਾ ਚਿੱਲਾ ਬਾਰਡਰ ਵੀ ਬੰਦ ਕਰ ਦਿੱਤਾ ਗਿਆ ਹੈ ਮੋਦੀ ਦੇ ਮੰਤਰੀ ਨੂੰ ਅੰਦੋਲਨ ਚ ਨਜ਼ਰ ਨਹੀਂ ਆ ਰਹੀ ਕਿਸਾਨ ਕਿਹਾ ਇਹ ਕੋਈ ਹੋਰ ਲੋਕ ਨੇ ਜੀहां ਦੋਸਤੋ ਇੱਕ ਚਟਪਟੀ ਜਿਹੀ ਖਬਰ ਹੈ ਕਿ ਇੱਕ ਪਾਸੇ ਮੋਦੀ ਸਰਕਾਰ ਦੇ ਸੀਨੀਅਰ ਮੰਤਰੀ ਕਿਸਾਨ ਅੰਦੋਲਨ ਖਤਮ ਕਰਨ ਲਈ ਕਿਸਾਨ ਲੀਡਰਾਂ ਦੀਆਂ ਬੈਠਕਾਂ ਕਰਕੇ ਕਮੇਟੀ ਬਣਾਉਣ ਦੀ ਸ਼ਿਫਾਰਿਸ਼ ਕਰ ਰਹੇ ਨੇ ਉਤਹੀ ਮੋਦੀ ਸਰਕਾਰ ਦੇ ਇੱਕ ਮੰਤਰੀ ਦਾ ਅਜਿਹਾ ਬਿਆਨ ਆਇਆ ਜਿਸ ਨਾਲ ਗੱਲ ਸੁਲਝਣ ਦੀ ਬਜਾਏ ਦੇ ਕਰ ਸਕਦੀ ਹੈ ਮੰਤਰੀ ਨੂੰ ਕਿਸਾਨ ਅੰਦੋਲਨ ਦੀਆਂ ਤਸਵੀਰਾਂ ਤੋਂ ਅੰਦਾਜ਼ਾ ਹੋ ਰਿਹਾ ਕਿ ਇਹ ਲੋਕ ਕੋਈ ਹੋਰ ਨੇ ਕੇਂਦਰੀ ਮੰਤਰੀ ਵੀਕੇ ਸਿੰਘ ਨੇ ਕਿਹਾ ਕਿ ਅੰਦੋਲਨ ਦੀਆਂ ਤਸਵੀਰਾਂ 'ਚ ਦਿਖ ਰਹੇ ਕਈ ਲੋਕ ਕਿਸਾਨ ਨਹੀਂ ਲੱਗ ਰਹੇ ਜੋ ਕੁਝ ਵੀ ਕੀਤਾ ਗਿਆ ਉਹ ਕਿਸਾਨਾਂ ਦੇ ਹਿੱਤ ਵਿੱਚ ਹੈ ਉਹਨਾਂ ਨੇ ਕਿਹਾ ਕਿ ਅੰਦੋਲਨ ਵਿੱਚ ਉਹ ਕਿਸਾਨ ਨਹੀਂ ਹਨ ਜਿਨ੍ਹਾਂ ਨੂੰ ਇਨ੍ਹਾਂ ਕਾਨੂੰਨਾਂ ਤੋਂ ਕੋਈ ਦਿੱਕਤ ਹੈ ਇਹ ਕੋਈ ਹੋਰ ਲੋਕ ਨੇ ਵਿਰੋਧੀਆਂ ਦੇ ਨਿਸ਼ਾਨਾ ਸਾਧੇ ਸਿੰਘਾਂ ਨੇ ਕਿਹਾ ਕਿ ਵਿਰੋਧੀਆਂ ਤੋਂ ਇਲਾਵਾ ਇਹਨਾਂ 'ਚ ਕਮਿਸ਼ਨ ਤੇ ਕੰਮ ਕਰਨ ਵਾਲੇ ਵੀ ਸ਼ਾਮਿਲ ਨੇ ਮੌਸਮ ਵਿਭਾਗ ਵੱਲੋਂ ਚੱਕਰਵਾਤ ਬੁਰੇਵੀ ਦਾ ਐਲਾਨ 4 ਦਸੰਬਰ ਨੂੰ ਇਹਨਾਂ ਚਾਰ ਸੂਬਿਆਂ 'ਚ ਮਚਾ ਸਕਦਾ ਹੈ ਤਬਾਹੀ ਜਿਸ ਵਿੱਚ ਜਿਥੇ ਪਿਛਲੇ 10 ਮਹੀਨੇ ਤੋਂ 10 ਮਹੀਨੇ ਤੋਂ ਲੋਕ ਕਰੋਨਾ ਮਹਾਮਾਰੀ ਤੋਂ ਪਰੇਸ਼ਾਨੇ ਹੁੰਦੇ ਹੀ ਇਸ ਸਾਲ ਚੱਕਰਵਾਤੀ ਤੂਫਾਨਾਂ ਦਾ سلسلہ ਵੀ ਲਗਾਤਾਰ ਜਾਰੀ ਹੈ ਅਜੇ ਕੁਝ ਦਿਨ ਪਹਿਲਾਂ ਹੀ ਚੱਕਰਵਾਤੀ ਤੂਫਾਨ ਨਿਵਾਰ ਨੇ ਦੱਖਣੀ ਸੂਬਿਆਂ 'ਚ ਘੈਰ ਵਰਾਇਆ ਸੀ ਹੁਣ ਮੌਸਮ ਵਿਭਾਗ ਨੇ ਇੱਕ ਹੋਰ ਚੱਕਰਵਾਤੀ ਤੂਫਾਨ ਆਉਣ ਦੀ ਜਾਣਕਾਰੀ ਦਿੱਤੀ ਹੈ ਪਾਤੀ ਮੌਸਮ ਵਿਭਾਗ ਆਈਐਮਡੀ ਦੇ ਚੱਕਰਵਾਤ ਚੇਤਾਵਨੀ ਵਿਭਾਗ ਨੇ ਮੰਗਲਵਾਰ ਦੱਸਿਆ ਕਿ ਬੰਗਾਲ ਦੀ ਖਾੜੀ ਚ ਉੱਚ ਦਬਾਅ ਦੇ ਚੱਕਰਵਾਤੀ ਤੂਫਾਨ ਚ ਬਦਲਣ ਦੀ ਸੰਭਾਵਨਾ ਹੈ ਉਹਨਾਂ ਦੱਸਿਆ ਕਿ ਇਸ ਚੱਕਰਵਾਤੀ ਤੂਫਾਨ ਦੇ ਰੂਪ ਚ 2 ਦਸੰਬਰ ਦੀ ਸ਼ਾਮ ਜਾਂ ਰਾਤ ਨੂੰ ਤ੍ਰਿਕੋਨਮਾਲੀ ਦੇ ਨੇੜੇ ਸ਼੍ਰੀ ਲਾਕਾ ਤੱਟ ਤੋਂ ਲੰਘਣ ਦੀ ਸੰਭਾਵਨਾ ਹੈ ਇਸ ਦੌਰਾਨ 75 ਤੋਂ 85 ਕਿਲੋਮੀਟਰ ਪ੍ਰਤੀ ਘੰਟੇ ਰਫ਼ਤਾਰ ਨਾਲ ਹਵਾ ਚੱਲੇਗੀ ਤੇ ਚੱਕਰਵਾਤ ਚੇਤਾਵਨੀ ਵਿਭਾਗ ਨੇ ਕਿਹਾ ਕਿ ਇਸ ਤੋਂ ਬਾਅਦ ਇਸ ਦੇ ਪੱਛਮ ਵੱਲ ਵਧਾਂ ਤੇ 3 ਦਸੰਬਰ ਦੇ ਸਵੇਰੇ ਮਨਾਰ ਖਾੜੀ ਦੇ ਨੇੜੇ ਕੋਮੋਰਿਨ ਇਲਾਕੇ ਵਿੱਚ ਪਹੁੰਚਣ ਦੀ ਸੰਭਾਵਨਾ ਹੈ। ਇਹਨਾਂ ਤੋਂ ਬਾਅਦ ਪੱਛਮ ਦੱਖਣ ਪੱਛਮ ਵੱਲ ਵਧੇਗਾ ਤੇ 4 ਦਸੰਬਰ ਦੀ ਸਵੇਰ ਕੰਨਿਆ ਕੁਮਾਰੀ ਦੇ ਪੰਬਨ ਵਿਚਾਲੇ ਦੱਖਣੀ ਤਾਮਿਲਨਾਡ ਦੇ ਤੱਟ ਤੋਂ ਲੰਗੇਗਾ ਜਿਸ ਦੇ ਨਾਲ ਹੀ ਇਹਨਾਂ ਇਲਾਕਿਆਂ ਵਿੱਚ ਭਾਰੀ ਬਾਰਿਸ਼ ਵੀ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਮੋਦੀ ਦੇ ਕੈਪਟਨੀ ਜੋਇਨਾ ਹੋਈ ਫੇਲੇ ਕਿਸਾਨ ਅੰਦੋਲਨ ਰਿਹਾ ਜਾਰੀ ਆਪਣੇ ਦਸਿਲ ਸੱਚਾਈ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਭਾਜਪਾ ਦਾ ਗੱਠਜੋੜ ਹੋਣ ਕਾਰਨ ਤਿੰਨੇ ਕਾਲੇ ਕਾਨੂੰਨਾਂ ਨੂੰ ਦਿੱਲੀ ਵਿੱਚ ਲਾਗੂ ਕਰਨ ਦਾ ਆਮ ਆਦਮੀ ਪਾਰਟੀ ਦੇ ਝੂਠਾ ਦੋਸ਼ ਲਗਾ ਰਹੇ ਨੇ ਮੋਦੀ ਸਰਕਾਰ ਦੀ ਤਿਆਰੀ ਸੀ ਕਿ ਕਿਸਾਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਸੁੱਟ ਦਿੱਤਾ ਜਾਵੇ ਪਰ ਕੇਜਰੀਵਾਲ ਸਰਕਾਰ ਵੱਲੋਂ ਸਟੇਡੀਅਮ ਨੂੰ ਜੇਲ੍ਹ ਬਣਾਉਣ ਤੋਂ ਮਨਾ ਕਰ ਦੇਣ ਨਾਲ ਇਨ੍ਹਾਂ ਤੇ ਸਾਰੀ ਯੋਜਨਾ ਫੇਲ ਹੋ ਗਈ ਆਪ ਦਾ ਦਾਅਵਾ ਹੈ ਕਿ ਕਿਸਾਨਾਂ ਜੇਲ੍ਹ ਵਿੱਚ ਪਾਉਣ ਦੀ ਯੋਜਨਾ ਫੇਲ ਹੋਣ ਤੋਂ ਬਾਅਦ ਭਾਜਪਾ ਦੇ ਕੈਪਟਨ ਨੇ ਸੈਟਿੰਗ ਕਰਕੇ ਕੇਜਰੀਵਾਲ ਨੂੰ ਬਦਨਾਮ ਕਰਨ ਦੀ ਯੋਜਨਾ ਬਣਾਈ ਅਤੇ ਕਾਲੇ ਕਾਨੂੰਨ ਪਾਸ ਕਰਨ ਦਾ ਝੂਠਾ ਦੋਸ਼ ਲਗਾ ਦਿੱਤਾ ਪੰਜਾਬੀ ਗਾਇਕ ਐਮੀ ਵਰਕ ਨੇ ਕੰਗੜਾ ਨੌਤ ਨੂੰ ਲੈ ਕੇ ਕਹੀ ਇਹ ਗੱਲ ਬਾਲੀਵੁੱਡ ਅਦਾਕਾਰਾ ਕੰਗੜਾ ਨੌਤ ਅਕਸਰ ਆਪਣੇ ਬਿਆਨਾਂ ਕਾਰਨ ਚਰਚਾ ਵਿੱਚ ਅੱਬਾ ਨਹੀਂ ਰਹਿੰਦੀ ਇੱਕ ਵਾਰ ਫੇਰ ਉਹ ਆਪਣੀ ਜ਼ੁਬਾਨ ਤੇ ਕਾਬੂ ਨਾ ਰੱਖ ਸਕੀ ਅਤੇ ਉਸਨੇ ਕਿਸਾਨਾਂ ਲੈ ਕੇ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕਰ ਦਿੱਤੀ ਜਿਸ ਤੋਂ ਬਾਅਦ ਲੋਕਾਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਹਾਲਾਂਕਿ ਉਹ ਕਿਸਾਨਾਂ ਦੇ ਹੱਕ ਵਿੱਚ ਨਹੀਂ ਸਗੋ ਉਹਨਾਂ ਦੇ ਵਿਰੋਧ ਵਿੱਚ ਆਏ ਦਿਨ ਟਵੀਟ ਕਰਦੀ ਰਹਿੰਦੀ ਹੈ ਜਿਸ ਕਾਰਨ ਉਸ ਨੂੰ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈਂਦਾ ਹੁਣ ਜੋ ਟਵੀਟ ਉਸਨੇ ਕੀਤੇ ਉਸ ਤੇ ਸਿਰਫ ਆਮ ਲੋਕ ਹੀ ਨਹੀਂ ਸਗੋ ਪੰਜਾਬੀ ਕਲਾਕਾਰ ਵੀ ਆਪਣੀ ਪੜਾਅਸ ਕੱਢ ਰਹੇ ਨੇ ਪਰ ਐਮੀ ਵਰਕ ਨੇ ਕੁਝ ਅਜੀਹਾ ਬੋਲ ਦਿੱਤਾ ਜੋ ਸ਼ਾਇਦ ਕੰਗਣਾ ਕੋਲੋਂ برداشت ਨਹੀਂ ਹੋਵੇਗਾ ਐਮੀ ਵਰਕ ਨੇ ਐਮੀ ਵਰਕ ਕੰਗਣਾ ਦੇ ਇੱਕ ਟਵੀਟ ਤੇ ਕਮੈਂਟ ਕਰ ਦਿਆ ਲਿਖਦੇ ਨੇ ਲੱਖ ਦੀ ਲਾਂਤ ਹੈ ਭੈਣ ਜੀ ਤੁਹਾਡੇ ਤੇ ਇੰਨੇ ਵੀ ਪਾਲਸ ਨਹੀਂ ਮਾਰੀ ਦੀ ਕਿਸੇ ਦੀ ਲੋਕਾਂ ਨੇ ਲੋਕਾਂ ਤੋਂ ਵੱਧ ਕੇ ਕੁਝ ਨਹੀਂ ਹੁੰਦਾ ਤੁਸੀਂ ਤੁਹਾਡੇ ਬਜ਼ੁਰਗਾਂ ਬਾਰੇ ਬੋਲੇ ਤੁਹਾਡੀ ਇੱਕ ਅਧਿਕਾਂ ਦੇ ਤੋੜੀ ਸੀ ਬੰਬੇ ਵਾਲਿਆਂ ਨੇ ਤੇ ਤੁਸੀਂ ਦੁਨੀਆ ਸਰਚ ਕਰੇ ਚੁੱਕਲੇ ਸੀ ਅਤੇ ਸਾਡੇ ਹੱਕ ਖੋਰ ਕੋਹੇ ਨੇ ਸਰਕਾਰ ਨੇ ਦਸਣ ਜੋਗਾ ਕਿ ਕੰਗਣਾ ਨੇ ਆਪਣੇ ਇੱਕ ਟਵੀਟ ਵਿੱਚ ਬਜ਼ੁਰਗ ਮਹਿਲਾ ਦੀ ਤਸਵੀਰ ਸਾਂਝੀ ਕੀਤੀ ਸੀ ਜੋ ਕਿਸਾਨ ਧਰਨਾ ਵਿੱਚ ਸ਼ਾਮਲ ਸੀ ਕੰਗਣਾ ਨੇ ਕਿਹਾ ਕਿ ਇਹ ਉਹੀ ਮਹਿਲਾ ਹੈ ਜੋ ਸ਼ਹੀਨ ਬਾਗ ਵਿੱਚ ਪ੍ਰਦਰਸ਼ਨ ਕਰ ਰਹੀ ਸੀ ਤੇ ਪੈਸੇ ਪਿਛੇ ਧਰਨਾ ਵਿੱਚ ਸ਼ਾਮਲ ਹੁੰਦੀ ਹੈ ਹਾਲਾਂਕਿ ਬਾਅਦ ਵਿੱਚ ਕੰਗਣਾ ਨੇ ਏ ਟਵੀਟ ਡਿਲੀਟ ਕਰ ਦਿੱਤਾ ਕੰਗਣਾ ਨੇ ਇਸ ਟਵੀਟ ਤੇ ਹੁਣ ਇੱਕ ਹੁਣ ਤੱਕ ਕਈ ਗਾਇਕ ਆਪਣੀ ਪ੍ਰਤੀਕਿਰਿਆ ਦੇ ਚੁੱਕੇ ਨੇ ਉੱਥੇ ਕੰਗਣਾ ਵੱਲੋਂ ਗਾਇਕ ਰঞ্জੀਤ ਬਾਵਾ ਨੂੰ ਪਹਿਲਾਂ ਹੀ ਬਲੌਕ ਕਰ ਦਿੱਤਾ ਗਿਆ ਸੀ ਕੈਪਟਨ ਅੱਜ ਬਲੈ ਕੈਬਨਟ ਮੀਟਿੰਗ ਇਨਾਂ ਫੈਸਲੇ ਤੇ ਲੱਗੇਗੀ ਮੋਹਰ ਅੱਜ ਪੰਜਾਬ ਕੈਬਨਟ ਦੀ ਅਹਿਮ ਮੀਟਿੰਗ ਹੋ ਰਹੀ ਹੈ ਕਿਸਾਨ ਅੰਦੋਲਨ ਕਰਕੇ ਸੂਬੇ ਵਿੱਚ ਪੈਦਾ ਹੋਏ ਹਾਲਾਤਾਂ ਕਰਕੇ ਮੀਟਿੰਗ ਵਿੱਚ ਕਈ ਮੁੱਦੇ ਵਿਚਾਰੇ ਜਾਣਗੇ ਇਸ ਤੋਂ ਇਲਾਵਾ ਕਿ ਫੈਸਲੇ ਉੱਪਰ ਵੀ ਮੋਹਰ ਲੱਗ ਸਕਦੀ ਹੈ ਇਨਾਂ ਵਿੱਚ ਇੱਕ ਸਰਕਾਰੀ ਪ੍ਰਾਈਵੇਟ ਬੱਸਾਂ ਨੂੰ ਕਰੀਬ 68.5 ਕਰੋੜ ਦੇ ਮੋਟਰ ਵਹੀਕਲ ਟੈਕਸ ਵਿੱਚ ਛੋਟ ਦੇਣਾ ਦੱਸਦੇ ਕਿ ਪੰਜਾਬ ਵਿੱਚ ਕੋਵਿਡ-19 ਮਹਾਮਾਰੀ ਨਾਲ ਸਰਕਾਰੀ ਪ੍ਰਾਈਵੇਟ ਬਸਾਂ ਤੇ ਵਿਦਿਆਕਰਦਾਰਾਂ ਦੀਆਂ ਬਸਾਂ ਨੂੰ ਮੋਟਰ ਵਹੀਕਲ ਟੈਕਸ ਵਿੱਚ ਚੋੜ ਦਿੱਤੇ ਜਾਂਦਾ ਫੈਸਲਾ ਸਰਕਾਰ ਪਹਿਲਾਂ ਹੀ ਲੈ ਚੁੱਕੀ ਹੈ ਟਰਾਂਸਪੋਰਟ ਭਾਗ ਵੱਲੋਂ 20 ਮਈ 2020 ਤੋਂ 31 ਦਸੰਬਰ 2020 ਤੱਕ ਦਾ 100% ਦੀ ਮੋਟਰ ਵਹੀਕਲ ਟੈਕਸ ਮੁਆਫ ਕਰਨ ਦਾ ਫੈਸਲਾ ਲਿਆ ਗਿਆ ਜਿਸ ਨਾਲ ਸਰਕਾਰ ਨੂੰ ਕਰੀਬ 66.5 ਕਰੋੜ ਦਾ ਵਿੱਤੀ ਘਾਟਾ ਪੈਣ ਦੀ ਸੰਭਾਵਨਾ ਹੈ ਮੋਦੀ ਸਰਕਾਰ ਕਿਸਾਨਾਂ ਨਾਲ ਮਿੱਥੇ ਸਮੇਂ ਤੋਂ ਪਹਿਲਾਂ ਗੱਲ ਕਰਨ ਲਈ ਕਿਉਂ ਹੋਈ ਤਿਆਰ ਕੇਤੀ ਕਾਨੂੰਨਾਂ ਦੇ ਮੁੱਦੇ ਤੇ ਕਿਸਾਨ ਲੀਡਰਾਂ ਦੀ ਮੰਗਲਵਾਰ ਨੂੰ ਕੇਂਦਰ ਸਰਕਾਰ ਨਾਲ ਹੋਈ ਗੱਲਬਾਤ ਬੇਸ਼ਿੱਟਾ ਰਹੀ ਕਿਸਾਨਾਂ ਨੇ ਆਪਣੇ ਅੰਦੋਲਨ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ ਹੈ ਕੇਂਦਰ ਸਰਕਾਰ ਅਤੇ ਕਿਸਾਨ ਲੀਡਰਾਂ ਦੀ ਅਗਲੀ ਬੈਠਕ 3 ਦਸੰਬਰ ਨੂੰ ਹੋਵੇਗੀ 3 ਦਸੰਬਰ ਦੀ ਗੱਲਬਾਤ 2 ਦਿਨ ਪਹਿਲਾਂ 1 ਦਸੰਬਰ ਨੂੰ ਹੀ ਬਿਨਾ ਕਿਸੇ ਸ਼ਰਤ ਦੇ ਹੋ ਗਈ ਹੈ ਹਾਲਾਂਕਿ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਰੋਨਾ ਤੇ ਠੰਡ ਕਰਕੇ ਸਰਕਾਰ ਗੱਲਬਾਤ ਮਿੱਥੇ ਸਮੇਂ ਤੋਂ ਪਹਿਲਾਂ ਕਰ ਰਹੀ ਹੈ ਬਾਰੇ ਦੋਵੇਂ ਕਾਰਨ ਪਿਛਲੇ ਸਾਲ ਦਸੰਬਰ ਵਿੱਚ ਵੀ ਸਨ ਜਦੋਂ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਸੀਏਏ ਦੇ ਵਿਰੁੱਧ ਧਰਨਾ ਪ੍ਰਦਰਸ਼ਨ ਚੱਲ ਰਿਹਾ ਸੀ ਕੇਂਦਰ ਸਰਕਾਰ ਵੱਲੋਂ ਜਿਹੀ ਪੇਸ਼ਕਸ਼ ਉਸ ਵੇਲੇ ਤੱਕ ਦੇਖਣ ਨੂੰ ਨਹੀਂ ਸੀ ਮਿਲੇ ਉਸ ਸਮੇਂ ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਵੀ ਸਨ ਇਸ ਨਾਲ ਸਵਾਲ ਖੜਾ ਇਹ ਹੁੰਦਾ ਕਿ ਸਰਕਾਰ ਕਿਸਾਨ ਅੰਦੋਲਨ ਸਾਹਮਣੇ ਲਾਚਾਰ ਅਤੇ ਬੇਬਸ ਹੋ ਗਈ ਹੈ ਕਿ ਇਹ ਸਰਕਾਰ ਨੂੰ ਇਸ ਅੰਦੋਲਨ ਨਾਲ ਆਪਣਾ ਅਕਸ ਖਰਾਬ ਹੋਣ ਦਾ ਡਰ ਸਤਾ ਰਿਹਾ ਹੈ ਜਾਂ ਫਿਰ ਇਹ ਕਦਮ ਕਿਸੇ ਰਣਨੀਤੀ ਦਾ ਹਿੱਸਾ ਹੈ ਕਿਸਾਨ ਤਾਂ ਇਹਨੂੰ ਸ਼ਾਹੀਨ ਬਾਗ ਨਾਲ ਜੋੜ ਮੁਰਕ ਕਸੂਤੀ ਫਸੀ ਕੰਗਣਾ ਹੁਣ ਸਰਗੁਣ ਮਹਿਤਾ ਨੇ ਲਿਆ ਲਾਂਬੇ ਹੱਥੇ ਸੋਸ਼ਲ ਮੀਡੀਆ ਤੇ ਹਰ ਮੁੱਦੇ ਤੇ ਆਪਣੇ ਰਾਏ ਵੀ ਬਾਕੀ ਨਾਲ ਰੱਖਣ ਵਾਲੇ ਕੰਗਰਾਂ ਰਣੌਤ ਕਿਸਾਨ ਅੰਦੋਲਨ ਤੇ ਆਪਣੇ ਬੇਤੁੱਕੇ ਬਿਆਨੋ ਲੈ ਕੇ ਹਰ ਪਾਸੇ ਟਰੋਲ ਹੋ ਰਹੀ ਹੈ ਕੰਗਣਾ ਨੇ ਕਿਸਾਨਾਂ ਦੇ ਅੰਦੋਲਨ ਲੈ ਕੇ ਕੁਝ ਅਜੀਬਾ ਕਿਹਾ ਜਿਸ ਨੂੰ ਸੁਣ ਕੇ ਆਮ ਲੋਕਾਂ ਦੇ ਨਾਲ ਨਾਲ ਪੰਜਾਬੀ ਕਲਾਕਾਰ ਭਾਈਚਾਰਾ ਵੀ ਆਪੇ ਤੋਂ ਬਾਹਰ ਹੋ ਗਿਆ ਐਵੇਂ ਵਰ ਕੇ ਹਿਮਾਂਸ਼ੀ ਖੁਰਾਣਾ ਸਰਗੁਣ ਮਹਿਤਾ ਸਮੇਤ अनेका ਹੀ ਕਲਾਕਾਰ ਕੰਗਣਾ ਦੇ ਵਿਰਾਂ ਦਾ ਵਿਰੋਧ ਕਰ ਰਹੇ ਨੇ ਇਸ ਸਮੇਂ ਦੇਸ਼ ਵਿੱਚ ਕੋਰੋਨਾ ਅਧੁਨਣ ਖੇਤੀ ਕਾਨੂੰਨੀ ਖਿਲਾਫ ਕਿਸਾਨਾਂ ਦਾ ਵਿਰੋਧ ਲਗਾਤਾਰ ਜਾਰੀ ਹੈ ਕਿਸਾਨਾਂ ਨਾਲ ਗਤੀ ਰੋਧ ਸਮਾਪਤ ਕਰਨ ਲਈ ਸਰਕਾਰ ਤੇ ਕਿਸਾਨ ਨੇਤਾਵਾਂ ਵਿੱਚ ਵਿਗਿਆਨ ਭਵਨ ਤੇ ਮੀਟਿੰਗ ਵੀ ਹੋਈ ਇਸੇ ਦਿਨ ਕੰਗਰ ਨੇ ਇਸ ਮਾਮਲੇ 'ਚ ਆਪਣੀ ਗੱਲ ਰੱਖਦਿਆਂ ਇੱਕ ਟਵੀਟ ਕੀਤਾ ਉਸਨੇ ਲਿਖਿਆ ਕਿ ਸ਼ਰਮਨਾਕ ਕਿਸਾਨ ਦੇ ਨਾਂ ਤੇ ਹਰ ਕੋਈ ਆਪਣੀਆਂ ਰੋਟੀਆਂ ਸੇਕ ਰਿਹਾ ਹੈ ਉਮੀਦ ਹੈ ਕਿ ਸਰਕਾਰ ਕਿਸੇ ਐਂਟੀ-ਨੈਸ਼ਨਲ ਅਲਟੀਮੇਟ ਨੂੰ ਇਸ ਮੌਕੇ ਦਾ ਫਾਇਦਾ ਨਹੀਂ ਉਠਾਉਂ ਦੇਵੇਗੀ ਅਤੇ ਟੁਕੜੇ ਗਏ ਗਏ ਨੂੰ ਦੂਸਰਾ ਸ਼ਹੀਨ ਬਾਗ ਨਾ ਬਣ ਦੇਵੇ ਤੇ ਇਸੇ ਸਰਗੁਣ ਮਹਿਤਾ ਨੇ ਕੀ ਲਿਆ ਉਸ ਬਾਰੇ ਤੁਹਾਨੂੰ ਦੱਸ ਦਿੰਦੇ ਆ ਕੰਗਰ ਨੇ ਐਸੇ ਟਵੀਟ ਤੇ ਇਸ ਕਈ ਤਾਰਾਂ ਤੇ ਇਤਰਾਜ਼ ਜਤਾਇਆ टीवी ਤੇ ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਅਸਰਗੁਣ ਮਹਿਤਾ ਨੇ ਕੰਗਣਾ ਦੇ ట్ୱିਟਰ ਦੇ ਜਵਾਬ ਦਿੰਦੇ ਹੋਏ ਕਿਹਾ ਜਿਵੇਂ ਤੁਹਾਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ ਇਹਨਾਂ ਨੂੰ ਵੀ ਐਸਰ ਪਰ ਫਰਕ ਇਹ ਹੈ ਕਿ ਤੁਸੀਂ ਬਿਨਾਂ ਗੱਲ ਤੇ ਮਕਸਦ ਤੋਂ ਬੋਲਦੀ ਹੈ ਅਤੇ ਇਹ ਆਪਣੇ ਹੱਕ ਲਈ ਲੜ ਰਹੇ ਨੇ ਇਸ ਦਿਨ ਲੱਗੇਗਾ ਸਾਲ ਦਾ ਆਖਰੀ ਸੂਰਜ ਗ੍ਰਹਿਣ ਜਾਣ ਕਿਹੜੀਆਂ ਗੱਲਾਂ ਨੇ ਜ਼ਰੂਰੀ ਸਾਲ ਦਾ ਆਖਰੀ ਸੂਰਜ ਗ੍ਰਹਿਣ ਦਸੰਬਰ ਦੇ ਮੱਧ ਵਿੱਚ ਲੱਗਣ ਜਾ ਰਿਹਾ ਹੈ ਪਚਾਂਗ ਅਨੁਸਾਰ 14 ਦਸੰਬਰ ਸਾਲ ਦਾ ਆਖਰੀ ਸੂਰਜ ਗ੍ਰਹਿਣ ਲੱਗਣ ਜਾ ਰਿਹਾ ਹੈ ਜੋਤਿਸ਼ ਅਨੁਸਾਰ ਸਾਲ ਦਾ ਆਖਰੀ ਸੂਰਜ ਗ੍ਰਹਿਣ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ ਸੂਰਜ ਗ੍ਰਹਿਣ ਦਾ ਪ੍ਰਭਾਵ ਸਭ ਤੇ ਪੈਣ ਜਾ ਰਿਹਾ ਹੈ ਸਾਰੀਆਂ ਰਾਸ਼ੀਆਂ ਇਸ ਤੋਂ ਪ੍ਰਭਾਵਿਤ ਹੋਣ ਵਾਲੀਆਂ ਨੇ ਸੂਰਜ ਗ੍ਰਹਿਣ 14 ਦਸੰਬਰ 2022 ਨੂੰ ਲੱਗੇਗਾ ਤੇ ਭਾਰਤ ਵਿੱਚ ਸੂਰਜ ਗ੍ਰਹਿਣ ਸ਼ਾਮ ਨੂੰ 7:03 ਤੇ ਸ਼ੁਰੂ ਹੋਵੇਗਾ ਸੂਰਜ ਗ੍ਰਹਿਣ 14 ਦਸੰਬਰ ਦੀ 2020 ਨੂੰ 12:23 ਤੇ ਖਤਮ ਹੋ ਕੇ ਅਪਚਾਂਗ ਅਨੁਸਾਰ ਸੂਰਜ ਗ੍ਰਹਣ ਲਗਭਗ 5 ਘੰਟੇ ਦਾ ਹੋਵੇਗਾ ਕਿਸਾਨਾਂ ਦੇ ਸਮਰਥਨ ਵਿੱਚ ਆਏ ਵਿਦਿਆਰਥੀ ਪੋਸਟਰ ਬੈਨਰ ਲੈ ਕੇ ਪੁੱਜੇ ਸਿੰਘੂ ਬਾਰਡਰ ਦਿੱਲੀ ਦੇ ਵਿਦਿਆਰਥੀਆਂ ਨੇ ਮੰਗਲਵਾਰ ਨੂੰ ਸਿੰਘੂ ਬਾਰਡਰ ਤੇ ਪੋਸਟਰ ਅਤੇ ਤਸਵੀਰਾਂ ਲੈ ਕੇ ਦੇਸ਼ ਭਰ ਵਿੱਚ ਕਿਸਾਨਾਂ ਦੀ ਬਦਹਾਾਲੀ ਨੂੰ ਰੇਖਾਂਕਿਤ ਕੀਤਾ ਅਤੇ ਕਈ ਮੁੱਦਿਆਂ ਤੇ ਜਾਗਰੂਤਾ ਮਹਿੰਦ ਦੀ ਸ਼ੁਰੂਆਤ ਕੀਤੀ ਹੈ ਦਿੱਲੀ ਯੂਨੀਵਰਸਿਟੀ ਵਿੱਚ ਕਾਨੂੰਨ ਫੈਕਲਟੀ ਦੇ ਵਿਦਿਆਰਥੀ ਰਵਿੰਦਰ ਸਿੰਘ ਨੇ ਕਿਹਾ ਕਿ ਕਈ ਮੁੱਦੇ ਦੇਸ਼ ਦੀ ਤਰੱਕੀ ਵਿੱਚ ਰੁਕਾਵਟ ਦੀ ਧਰ ਰਹੇ ਨੇ ਅਤੇ ਵਿਦਿਆਰਥੀ ਇਸ ਬਾਰੇ ਜਾਗਰੂਤਾ ਵਧਾਉਣਾ ਚਾਹੁੰਦੇ ਨੇ ਉਨ੍ਹਾਂ ਕਿਹਾ ਕਿ ਕਿਸਾਨਾਂ ਔਰਤਾ ਵਿਦਿਆਰਥੀਆਂ ਮਜ਼ਦੂਰਾਂ ਦੇ ਸਬੰਧ ਵਿੱਚ ਕਈ ਮੋਦੀ ਨੇ ਸਾਨੂੰ ਇਹਨਾਂ ਸਾਰਿਆਂ ਦਾ ਹੱਲ ਕਰਨ ਦੀ ਜ਼ਰੂਰਤ ਹੈ ਅਸੀਂ ਹਿੰਦੀ ਅੰਗਰੇਜ਼ੀ ਉਰਦੂ ਅਤੇ ਪੰਜਾਬੀ ਵਰਗੇ ਕਈ ਭਾਸ਼ਾਵਾਂ ਵਿੱਚ ਪੋਸਟਰ ਬਣਾ ਰਹੇ ਹਾਂ ਤਾਂ ਕਿ ਲੋਕ ਸਾਰਿਆਂ ਨਾਲ ਪੜ ਸਕਣ ਅਤੇ ਸਮਝੋ ਕਿ ਅਸੀਂ ਕਿਸ ਬਾਰੇ ਗੱਲ ਕਰ ਰਹੇ ਹਾਂ ਕਿਸਾਨ ਅੰਦੋਲਨ ਨੇ ਵਿਧਾਇਕ ਚੋਟਾਲਾ ਦੇ ਕਬਰਾਹਟ ਅੱਜ ਦੀ ਲਾਸਟ ਖਬਰ ਹੈ ਹਰਿਆਣਾ ਦੀ ਖੱਟਰ ਸਰਕਾਰ ਵਿੱਚ ਸ਼ਾਮਲ ਜਨਨਾਇਕ ਜਨਤਾ ਪਾਰਟੀ ਦੇ ਸੀਨੀਅਰ ਆਗੂ ਦਿਗ ਵਿਜੇ ਚੋਟਾਲਾ ਨੇ ਕਿਹਾ ਕਿ ਉਹ ਕਿਸਾਨਾਂ ਦੇ ਕੇਂਦਰ ਨਾਲ ਗੱਲਬਾਤ ਦੇ ਨਤੀਜੇ ਤੋਂ ਬਾਅਦ ਫੈਸਲਾ ਕਰਨਗੇ ਕਿ ਕੀ ਕਰਨਾ ਹੈ ਇਸ ਤੋਂ ਪਹਿਲਾਂ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਅੱਜ ਚੋਟਾਲਾ ਨੇ ਕਿਹਾ ਸੀ ਕਿ ਕੇਂਦਰ ਨੂੰ ਲਿਖਤੀ ਭਰੋਸਾ ਦੇਣ ਵਿੱਚ ਕੋਈ ਸਮੱਸਿਆ ਨਹੀਂ ਹੋਣੀ ਚਾਹੀਦੀ ਕਿ ਫੈਸਲਾ ਦੇ ਘੱਟੋ ਘੱਟ ਇਹ ਮਦਦੀਪਾਤ ਜਾਏ ਰਹਿਣਗੇ ਕਿਸਾਨ ਅੰਦੋਲਨ ਦਾ ਸੇਕ ਹਰਿਆਣਾ ਦੀ ਮਨੋਹਰ لال ਖੱਟਰ ਸਰਕਾਰ ਵਿੱਚ ਸ਼ਾਮਲ ਅਜਨ ਨਾਇਕ ਜਨਤਾ ਪਾਰਟੀ ਜਜਪੀ ਨੂੰ ਲੱਗ ਪਿਆ ਹੈ ਜਿਸ ਦੇ ਆਗੂ ਅਜੇ ਚੋਟਾਲਾ ਨੇ ਕਿਹਾ ਕਿ ਸਰਕਾਰ ਵੱਡੀ ਸੋਚ ਦਿਖਾ ਕੇ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਕੱਢੇ ਦੁਸ਼ਯੰਤ ਚੋਟਾਲਾ ਦੇ ਜਜਪੀ ਜਿਸ ਨੇ ਭਾਜਪਾ ਦੀ ਸਰਕਾਰ ਬਣਾਉਣ ਵਿੱਚ ਮਦਦ ਕੀਤੀ ਇਸ ਕਰਕੇ ਪਰੇਸ਼ਾਨ ਹੈ ਕਿ ਉਹ ਖੁਦ ਨੂੰ ਕਿਸਾਨਾਂ ਦਾ ਰਾਖਾ ਦੱਸਦੀ ਹੈ ਤਾਂ ਦੋਸਤੋ ਇਹ ਸੀਗੀਆਂ ਆਪਣੀਆਂ ਸਮੇਂ ਦੀਆਂ ਦੁਪਹਿਰ ਦੀਆਂ ਬਾਡੀਆਂ ਖਬਰਾਂ ਇਸੇ ਨਾਲ ਹੀ ਆਪਣੀਆਂ ਖਬਰਾਂ ਖਤਮ ਹੁੰਦੀਆਂ ਨੇ ਮਿਲਾਂਗੇ ਅਗਲੇ ਦਿਨ ਦੀਆਂ ਦੁਪਹਿਰ ਦੀਆਂ ਖਬਰਾਂ ਨਾਲ ਹੋਣ ਦੇ ਲਈ ਇੰਨਾ ਹੀ ਸਤ